ਕਰਮੋ ਨੇ ਗੜਬੇ ਵਿੱਚ ਲੱਸੀ ਪੁਆਈ ਤੇ ਫਿਰ ਅੱਧਿਓਂ ਵੀ ਬਹੁਤੇ ਖਾਲੀ ਗੜਬੇ ਨੂੰ ਵੇਂਦੀ ਹੋਈ ਆਖਣ ਲੱਗੀ ਅਜ ਵੱਡੀ ਸਰਦਾਰਨੀ ਨਹੀਂ ਨਹੀਂ ਦੀ ਸੀ ਕਿਤੇ ਸੁੱਖ ਨਾਲ ਰਾਜੀ ਤੇ ਹੈ ਸਰਦਾਰਨੀ ਨਿਹਾਲ ਕੌਰ ਹੁਣੇ ਘੜੀ ਕੁ ਪਹਿਲਾਂ ਚੌਂਕੇ ਵਿੱਚ ਆਈ ਸੀ ਚੁੱਲ੍ਹੇ ਉੱਤੇ ਰਹੀਦੀ ਖੀਰ ਢੇਠਾਂ ਅੱਗ ਦਾ ਭਾਂਬੜ ਵੇਖ ਕੇ ਉਸ ਲੱਕੜਾਂ ਪਛਾਹ ਖਿੱਚ ਦਿੱਤੀਆਂ ਸਨ ਬੀਰੋ ਕੁੜੀਏ ਖੀਰਾ ਕਦੇ ਐਡੀ ਅੱਗ ਤੇ ਵੀ ਰਿਜਦੀਆਂ ਨਹੀਂ ਖੀਰ ਹੈ ਠੰਡਾ ਡਾਡੀ ਮੱਠੀ ਅੱਗ ਵਾਲੀ ਦੀਏ ਉਸਨੇ ਆਖਿਆ ਸੀ ਤੇ ਫਿਰ ਚੁੱਲ੍ਹੇ ਦੇ ਕੋਲ ਲੱਕੜ ਦੀ ਪਟੜੀ ਢਾਹ ਕੇ ਉਹ ਪਟੜੀ ਉੱਤੇ ਬੰਦੀ ਖੀਰ ਦੇ ਪਤੀਲੇ ਵਿੱਚ ਕੜਛੀ ਫੇਰਨ ਲੱਗ ਪਈ ਸੀ ਸਵੇਰੇ ਦਹੀਂ ਦੀ ਚਾਟੀ ਉਸਨੇ ਆਪ ਰੜਕੀ ਸੀ ਪਰ ਲੱਸੀ ਪੁੰਦੀ ਨੇ ਬੀਰੋ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਕੋ ਰਾਮ ਕਰੇਗੀ ਜਿਹੜਾ ਵੀ ਕੰਮੀ ਕਮੀਨ ਆਵੇ ਬੀਰੋ ਉਸਨੂੰ ਲੱਸੀ ਦੇ ਦੇਵੇ ਸ਼ਾਇਦ ਹੋਰਨਾ ਕਮਿਆ ਨੇ ਵੀ ਲੱਸੀ ਲੈਣਾ ਲੱਗਿਆ ਇਹ ਗੱਲ ਪੁੱਛੀ ਹੋਵੇਗੀ ਪਰ ਨਿਹਾਲ ਕੌਰ ਨੂੰ ਪਤਾ ਨਹੀਂ ਉਹ ਅੰਦਰਲੇ ਕਮਰੇ ਵਿੱਚ ਸੀ ਪਰ ਇਸ ਵੇਲੇ ਜਦੋਂ ਉਹ ਚੌਂਕੇ ਵਿੱਚ ਬੈਠੀ ਹੋਈ ਸੀ ਤਾਂ ਦਹਲੀਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸਨੇ ਆਪ ਸੁਣੀ ਰਾਜੀਆਂ ਕਰਮੋ ਤੂੰ ਰਾਜੀਆਂ ਨਿਹਾਲ ਕੌਰ ਨੇ ਅੰਦਰੋਂ ਆਵਾਜ਼ ਦਿੱਤੀ ਕਰਮੋ ਨੇ ਛੇਤੀ ਨਾਲ ਦਹਲੀਜ਼ਾਂ ਦੇ ਕੋਲ ਆ ਕੇ ਅੰਦਰ ਵੱਲ ਝਾਕਿਆ ਤੇ ਆਪਣੇ ਇੱਕ ਹੱਥ ਨੂੰ ਮੱਥੇ ਨਾਲ ਛਾਉਂਦੀ ਹੋਈ ਆਖਣ ਲੱਗੀ ਤੈਨੂੰ ਸੱਤਾ ਖੈਰਾ ਸਰਦਾਰਣੀਏ ਅੱਜ ਤੈਨੂੰ ਡਿੱਠਾ ਨਹੀਂ ਸੀ ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ ਕੰਮੀ ਕਮੇਨ ਸਾਰੇ ਹੀ ਨਿਹਾਲ ਕੌਰ ਦੀਆਂ ਬਲਾਈਂ ਲੈਂਦੇ ਸਨ ਇਹ ਨਵੀਂ ਗੱਲ ਨਹੀਂ ਸੀ ਪਰ ਤਾਂ ਵੀ ਨਿਹਾਲ ਕੌਰ ਨੂੰ ਜਾਪਿਆ ਕਿ ਕਰਮੋ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਯਾਦ ਕੀਤਾ ਸੀ ਜ਼ਰੂਰ ਕੋਈ ਹੋਰ ਗੱਲ ਸੀ ਤਾਈਓ ਜੋ ਨਿਹਾਲ ਕੌਰ ਨੇ ਕਰਮੋਵਲ ਵੇਖਿਆ ਤੇ ਕਰਮੋ ਨੇ ਗੜਬੇ ਦਾ ਮੂੰਹ ਉੜਾ ਕੇ ਉਹਦੇ ਵੱਲ ਕੀਤਾ ਹੋਇਆ ਸੀ ਨਿਹਾਲ ਕੌਰ ਸਮਝ ਗਈ ਤੇ ਵੀਰੋ ਵੱਲ ਵੇਖਦੀ ਆਖਣ ਲੱਗੀ ਮਖੇ ਕਰਮੋ ਨੂੰ ਗੜਬਾ ਭਰਦਿਆ ਕਰ ਇਹਦੇ ਨਿੱਕੇ ਨਿੱਕੇ ਜੀ ਨੇ ਲਸੀ ਪੀਣ ਵਾਲੇ ਰੱਬ ਤੈਨੂੰ ਬਹੁਤ ਦੇ ਤੇਰੇ ਹੱਥ ਐਨੇ ਸਬਰ ਕੱਤੇ ਨੇ ਕਿ ਅਜਾਣੋ ਦੋ-ਦੋ ਵਾਰ ਲੱਸੀ ਛਾੜ ਜਾਂਦੇ ਨੇ ਹੋਰ ਲੱਸੀ ਲੈਂਦੀ ਕਰਮੋ ਨੇ ਆਖਿਆ ਤੇ ਭਾਵੇਂ ਇਸ ਵੇਲੇ ਨੂੰ ਲੱਸੀ ਦੇਂਦੇ ਹੱਥ ਵੀਰੋ ਦੇ ਸਨ ਪਰ ਕਰਮੋ ਜੋ ਆਖਦੀ ਪਈ ਸੀ ਉਹ ਨਿਹਾਲਕੌਰ ਦੇ ਹੱਥਾਂ ਨੂੰ ਆਖਦੀ ਪਈ ਸੀ ਕਰਮੋ ਚਲੀ ਗਈ ਤਾਂ ਨਿਹਾਲਕੌਰ ਨੂੰ ਉਹਦੀਆਂ ਅਸੀਸਾਂ ਭੁੱਲ ਗਈਆਂ ਸਿਰਫ ਉਹਦਾ ਆਖਿਆ ਹੋਇਆ ਇੱਕੋ ਲਫ਼ਜ਼ ਚੇਤੇ ਰਹਿ ਗਿਆ ਵੱਡੀ ਸਰਦਾਰਨੀ ਨਿਹਾਲ ਕੌਰ ਇੱਕ ਦਿਨ ਵਿੱਚ ਸਰਦਾਰਨੀ ਤੋਂ ਵੱਡੀ ਸਰਦਾਰਨੀ ਬਣ ਗਈ ਸੀ ਪਤਾ ਨਹੀਂ ਉਸ ਨੂੰ ਵੱਡੀ ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ ਸ਼ਾਇਦ ਸਾਰਿਆਂ ਨੂੰ ਇਕੱਠਿਆਂ ਹੀ ਆ ਗਿਆ ਸੀ ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁੰਸ਼ੀ ਮੁਨੀਮ ਤੇ ਕੰਮੀ ਕਮੇ ਨੂੰ ਉਸ ਨੂੰ ਵੱਡੀ ਸਰਦਾਰਨੀ ਕਹਿਣ ਲੱਗ ਪਏ ਸਨ ਇੱਥੋਂ ਤੱਕ ਕੀ ਕਰਦੇ ਮਾਲਕ ਸਰਦਾਰ ਨੇ ਵੀ ਕੱਲ ਉਸ ਨੂੰ ਵੱਡੀ ਸਰਦਾਰਨੀ ਆਖ ਕੇ ਬੁਲਾਇਆ ਸੀ ਫਿਰ ਨਿਹਾਲਕੌਰ ਨੂੰ ਖਿਆਲ ਆਇਆ ਕਿ ਪਰਸੋਂ ਉਸਨੇ ਆਪ ਹੀ ਤਾਂ ਮਿਹਰੀ ਨੂੰ ਆਖਿਆ ਸੀ ਕਿ ਯਾ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ ਵਿੱਚੋਂ ਬੁਲਾ ਲਿਆ ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਵੱਡੀ ਸਰਦਾਰਨੀ ਆਪੇ ਬਣ ਜਾਣੀ ਸੀ ਨਿਹਾਲਕੌਰ ਨੂੰ ਖਿਆਲ ਆਇਆ ਤੇ ਫਿਰ ਐਨੇ ਹੀ ਖਿਆਲ ਨਿੱਕੇ-ਨਿੱਕੇ ਚੌਲਾਂ ਵਾਂਗ ਉਹਦੇ ਮਨ ਦੇ ਦੁੱਧ ਵਿੱਚ ਰਿਜਣ ਲੱਗ ਪਏ ਰਿਜਵੇ ਖਿਆਲਾਂ ਵਿੱਚੋਂ ਇੱਕ ਖਿਆਲ ਏ ਵੀ ਸੀ ਕੀ ਬੀਰੋ ਜਦੋਂ ਦੀ ਇਸ ਘਰ ਵਿੱਚ ਛੋਟੀ ਸਰਦਾਰਨੀ ਬਣ ਕੇ ਆਈ ਸੀ ਉਦੋਂ ਦੀ ਉਹ ਰਾਤ ਨੂੰ ਸੌਣ ਲੱਗਿਆਂ ਇੱਕ ਨੇਮ ਵਾਂਗ ਨਿਹਾਲਕੌਰ ਦੇ ਕਮਰੇ ਵਿੱਚ ਆਉਂਦੀ ਸੀ ਤੇ ਉਹਦੀ ਮੰਜੀ ਤੇ ਹੇਹੇ ਉੱਤੇ ਬੈਠ ਕੇ ਉਹਦੇ ਪੈਰ ਘੋਟਦੀ ਸੀ ਨਿਹਾਲਕੌਰ ਨੇ ਨਾ ਧੀ ਡੋਲੀ ਤੋਰੀ ਸੀ ਤੇ ਨਾ ਪੁੱਤਰ ਦੀ ਡੋਲੀ ਲਿਆਉਣੇ ਸੀ ਪਰ ਜਦੋਂ ਉਹਦੇ ਹੱਥੀਂ ਵਿਆਹੀ ਸੌਕਣ ਉਦੇ ਪੈਰਕੂਟ ਦੀ ਸੀ ਤਾਂ ਨਿਹਾਲ ਕੌਰ ਨੂੰ ਜਾਪਦਾ ਸੀ ਕਿ ਉਹਨੂੰ ਉਹਨੇ ਧੀ ਵੀ ਵੇਖ ਲਈ ਤੇ ਨੂੰ ਵੀ ਤੇ ਨਿਹਾਲ ਕੌਰ ਨੇ ਇੱਕ ਡੂੰਗਾ ਸਾਹ ਭਰ ਕੇ ਬੜੇ ਹੱਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਉਹਦੀ ਧੀ ਵੀ ਸੀ ਤੇ ਨੂੰ ਵੀ ਨਿਹਾਲ ਕੌਰ ਨੇ ਆਪਣਾ ਆਪਣੇ ਸਰਦਾਰ ਦੇ ਦੂਜੇ ਵਿਆਹ ਦੀ ਇਹ ਕੁੜੀ ਵੀਰੋ ਆਪ ਹੀ ਲੱਭੀ ਸੀ ਸਾਕ ਚੰਗੇ ਘਰੋਂ ਘਰਾਂ ਤੋਂ ਵੀ ਮਿਲਦੇ ਸਨ ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ ਸਰਦਾਰ ਦੀ ਸਿਆਣੀ ਉਮਰ ਤੋਂ ਡਰਦੇ ਜਿਹੜੇ ਵੀ ਸਾਕ ਲੈ ਕੇ ਆਉਂਦੇ ਸਨ ਉਹ ਸਾਕ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ ਸਰਦਾਰ ਆਪਣੀ ਹਵੇਲੀ ਦਾ ਬਾਰਸ ਜ਼ਰੂਰ ਲਵਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਕਰ ਸਕਦਾ ਦੀਦੀ ਕੋਖ ਦੇ ਬਾਰਸ ਦੇ ਪਤਾ ਨਹੀਂ ਕਦੋਂ ਜੰਮਣਾ ਸੀ ਹਾਲ ਦੀ ਘੜੀ ਸਿਰਫ ਉਹਦੀ ਭਵਿੱਖ ਬਾਣੀ ਕਰਨੀ ਸੀ ਤੇ ਸਰਦਾਰ ਨੂੰ ਦੂਜੀ ਵਿਆਹ ਕਰਨ ਤੋਂ ਨਾ ਕਰ ਦਿੱਤੀ ਸੀ ਪਰ ਇਸ ਨਾਂ ਵਿੱਚ ਇੱਕ ਹੌਂਕਾਰ ਆ ਲਿਆ ਹੋਇਆ ਸੀ ਨਿਹਾਲ ਕੌਰ ਨੇ ਇਹ ਹੌਂਕ ਸੁਣਿਆ ਸੀ ਤੇ ਇੰਜ ਉਸ ਨੇ ਇੱਕ ਬੜੇ ਨਮਾਣੇ ਜਿਹੇ ਘਰ ਦੀ ਇਹ ਵੀਰੋ ਲੱਭ ਕੇ ਆਪਣੇ ਸਰਦਾਰ ਨੂੰ ਦੇ ਦਿੱਤੀ ਸੀ ਤੇ ਉਹਦੇ ਬਦਲੇ ਵਿਚ ਉਹਦਾ ਹੋंका ਆਪ ਹੀ ਲੈ ਲਿਆ ਸੀ